Why Media Breaking News. ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਬੱਸ ਐਕਸੀਡੈਂਟ ਹੋਇਆ ਸੀਗਾ ਕ੍ਰਿਸਮਸ ਈਵ ਦੇ ਉੱਤੇ, ਇਸ ਦੇ ਵਿੱਚ ਪੰਜਾਬ ਤੋਂ ਹਾਲ ਹੀ ਦੇ ਵਿੱਚ ਆਏ ਕਰਨਜੋਤ ਸਿੰਘ ਸੋਢੀ, ਜਿਨ੍ਹਾਂ ਦੀ ਉਮਰ 41 ਸਾਲ ਦੱਸੀ ਜਾ ਰਹੀ ਹੈ, ਉਹਨਾਂ ਦੀ ਵੀ ਇਸ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਹੈ। ਇਹ ਮੰਦਭਾਗੀ ਖਬਰ ਅਸੀਂ ਤੁਹਾਡੇ ਨਾਲ ਜਿੱਥੇ ਬ੍ਰਿਟਿਸ਼ ਕੋਲੰਬੀਆ ਤੋਂ ਸਾਂਝੀ ਕਰ ਰਹੇ ਹਾਂ। ਡਿਟੇਲਸ ਜੋ ਸਾਡੇ ਕੋਲ ਪਹੁੰਚੀਆਂ ਨੇ ਉਸ ਦੇ ਮੁਤਾਬਿਕ ਅਸੀਂ ਦੱਸ ਦਈਏ ਕਿ ਕਰਨਜੋਤ ਸਿੰਘ ਸੋਢੀ, ਜਿਨ੍ਹਾਂ ਦਾ ਸੰਬੰਧ ਅੰਮ੍ਰਿਤਸਰ ਤੋਂ ਦੱਸਿਆ ਜਾ ਰਿਹਾ ਹੈ ਔਰ ਬਟਾਲੇ ਅੰਮ੍ਰਿਤਸਰ ਤੋਂ ਇੱਥੇ ਆਏ ਸੀਗੇ। ਅਜੇ 2 ਮਹੀਨੇ ਉਹਨਾਂ ਨੂੰ ਹੋਏ ਸੀ ਇੱਥੇ ਆਇਆਂ ਨੂੰ, ਸਪਟੰਬਰ ਦੇ ਵਿੱਚ ਉਹ ਕੈਨੇਡਾ ਆਏ ਸੀਗੇ ਵਰਕ ਪਰਮਿਟ ਦੇ ਉੱਤੇ। ਕਰਨਜੋਤ ਸਿੰਘ ਸੋਢੀ, ਜਿਨ੍ਹਾਂ ਦੀ ਉਮਰ 41 ਸਾਲ ਹੈ, ਕੈਨੇਡਾ ਪਹੁੰਚੇ ਸੀਗੇ ਔਰ ਉੱਥੇ ਇੱਕ ਵਾਇਨਰੀ ਦੇ ਵਿੱਚ ਸ਼ੈਫ ਦੇ ਤੌਰ ਦੇ ਉੱਤੇ ਕੰਮ ਕਰਦੇ ਸੀਗੇ। ਕਰਨਜੋਤ ਸਿੰਘ ਸੋਢੀ ਜਿਹੜੇ ਨੇ ਉਹਨਾਂ ਨੇ ਜਦੋਂ ਟਰੈਵਲ ਕਰਨਾ ਸੀ ਤਾਂ ਉਹਨਾਂ ਨੇ ਸੋਚਿਆ ਕਿ ਸ਼ਾਇਦ ਇਹ ਬੱਸ ਜਿਹੜੀ ਹੈ ਇਹ ਸੁਰੱਖਿਅਤ ਰਹੇਗੀ, ਕਿਉਂਕਿ ਮੌਸਮ ਜਿਹੜਾ ਉਹ ਖਰਾਬ ਚੱਲ ਰਿਹਾ, ਜਿਹਦੇ ਕਾਰਨ ਕਿ ਬੱਸ ਦੇ ਵਿੱਚ ਕਰਨਜੋਤ ਸਿੰਘ ਸੋਢੀ ਟਰੈਵਲ ਕਰ ਰਹੇ ਸੀਗੇ। ਬੱਸ ਦਾ ਜਦੋਂ ਐਕਸੀਡੈਂਟ ਹੋਇਆ, ਅਸੀਂ ਦੱਸ ਦਈਏ ਕਿ 50 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਨੇ ਔਰ 4 ਜਣੇ ਆ ਜਿਨ੍ਹਾਂ ਦੀ ਡੈਥ ਹੋਈ ਹੈ। ਹਾਲਾਂਕਿ ਆਫੀਸ਼ੀਅਲ RCMP ਨੇ ਹਜੇ ਜਾਣਕਾਰੀ ਸਾਂਝੀ ਕਰਨੀ ਹੈ, ਆਈਡੈਂਟੀ ਹਜੇ ਬਾਹਰ ਆਉਣੀ ਹੈ, ਲੇਕਿਨ ਜੋ ਸਾਡੇ ਕੋਲ ਜਾਣਕਾਰੀ ਪਹੁੰਚੀ ਹੈ ਕਰਨਜੋਤ ਸਿੰਘ ਸੋਢੀ ਵੀ ਅਨਫੋਰਚੁਨੇਟਲੀ ਉਹਨਾਂ ਦੀ ਇਸ ਸੜਕ ਹਾਦਸੇ ਦੇ ਵਿੱਚ ਡੈਥ ਹੋ ਗਈ ਹੈ। ਕਰਨਜੋਤ ਸਿੰਘ ਸੋਢੀ ਦੀ ਵਾਈਫ, ਉਹਨਾਂ ਦਾ ਇੱਕ ਲੜਕਾ ਔਰ ਇੱਕ ਲੜਕੀ ਹਜੇ ਪੰਜਾਬ ਦੇ ਵਿੱਚ ਹੀ ਨੇ, ਉੱਥੇ ਹੀ ਪਿੰਡ ਦੇ ਵਿੱਚ ਨੇ ਉਹ, ਔਰ ਉਹਨਾਂ ਨੇ ਹਜੇ ਆਉਣਾ ਸੀਗਾ ਕਿਉਂਕਿ ਕਰਨਜੋਤ ਸਿੰਘ ਸੋਢੀ ਹਜੇ ਇਕੱਲੇ ਇੱਥੇ ਵਰਕ ਪਰਮਿਟ ਦੇ ਉੱਤੇ ਆਏ ਸੀਗੇ। ਅਸੀਂ ਜ਼ਿਕਰ ਕਰ ਦਈਏ ਕਿ ਕ੍ਰਿਸਮਸ ਈਵ 24 ਤਰੀਕ ਨੂੰ ਸ਼ਾਮ ਤਕਰੀਬਨ 6 ਵਜੇ ਹਾਈਵੇ 97C ਈਸਟ ਆਫ ਮੈਰਿਟ ਉੱਥੇ, ਅਸੀਂ ਕਹਿ ਸਕਦੇ ਹਾਂ ਤਕਰੀਬਨ 200 ਮੀਲ ਵੈਂਕੂਵਰ ਤੋਂ ਦੂਰ ਇਹ ਐਕਸੀਡੈਂਟ ਹੋਇਆ ਹੈ। ਇੱਥੇ ਅਸੀਂ ਦੱਸ ਦਈਏ ਕਿ ਲਗਾਤਾਰ ਸਾਡੀ ਨਿਗਾਹ ਜਿਹੜੀ ਹੈ ਇਸ ਐਕਸੀਡੈਂਟ ਦੇ ਉੱਤੇ ਬਰਕਰਾਰ ਹੈ। ਜੋ ਜੋ ਹੋਰ ਡਿਟੇਲਸ RCMP ਦੁਆਰਾ ਜਾਰੀ ਕੀਤੀਆਂ ਜਾਣਗੀਆਂ ਅਸੀਂ ਤੁਹਾਡੇ ਨਾਲ ਫੌਰਨ ਸਾਂਝੀਆਂ ਕਰਾਂਗੇ। Why Media Breaking News.